ਜਦੋਂ ਮੇਰਾ ਬੇਟਾ ਆਪਣਾ ਡਾਕਟਰ ਸੀਗਾ, ਮੈਂ ਬਾਇਓਬੈਟਿਕ ਸਰਜਰੀ ਬਾਰੇ ਸੁਣਿਆ ਸੀ ਬਹੁਤ ਜ਼ਿਆਦਾ। ਮਾਲਵੇ ਏਰੀਏ ਦਾ ਸਭ ਤੋਂ ਬੈਸਟ ਡਾਕਟਰ ਹੈ। ਅਤੇ ਮੇਰੀ ਮਿਸਿਸ ਕਹਿੰਦੇ ਵੀ ਕਰਾ ਲਓ ਤੁਸੀਂ, ਅਤੇ ਬੇਟੇ ਨਾਲ ਗੱਲ ਕੀਤੀ, ਬੇਟਾ ਕਹਿੰਦਾ ਪਾਪਾ ਕਰਾ ਲਓ, ਬਹੁਤ ਵਧੀਆ ਚੀਜ਼ ਹੈ। ਅਤੇ ਮੇਰਾ ਵੇਟ 138 ਦੇ ਕਰੀਬ ਪਹੁੰਚ ਗਿਆ ਸੀ, ਕਿਉਂਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਮੈਨੂੰ ਹੈਪੋਟੇਸ਼ਨ ਅਤੇ ਸ਼ੂਗਰ ਦੀ ਪ੍ਰੋਬਲਮ ਸੀਗੀ। ਮੈਂ ਅਨਿਲ ਬੰਸਲ ਬਠਿੰਡਾ ਤੋਂ ਬਿਲੋਂਗ ਕਰਦਾ। ਮੈਨੂੰ ਹੈਪੋਟੇਸ਼ਨ ਅਤੇ ਸ਼ੂਗਰ ਦੀ ਪ੍ਰੋਬਲਮ ਸੀਗੀ, ਅਤੇ ਮੇਰਾ ਵੇਟ 138 ਦੇ ਕਰੀਬ ਪਹੁੰਚ ਗਿਆ ਸੀ। ਜਦੋਂ ਮੇਰਾ ਬੇਟਾ ਆਪਣਾ ਡਾਕਟਰ ਸੀਗਾ, ਮੈਂ ਬਾਇਓਮੈਟ੍ਰਿਕ ਸਰਜਰੀ ਬਾਰੇ ਸੁਣਿਆ ਸੀ ਬਹੁਤ ਜ਼ਿਆਦਾ। ਮੈਂ ਇਹਦੇ ਬਾਰੇ ਸਰਚ ਵੀ ਕਰਦਾ ਰਿਹਾ, ਲੇਕਿਨ ਮੇਰਾ ਮਨ ਨਹੀਂ ਬਣਿਆ ਵੀ ਮੈਂ ਕਿੱਥੋਂ ਕਰਾਵਾਂ। ਅਤੇ ਮੇਰੀ ਮਿਸਿਸ ਕਹਿੰਦੇ ਵੀ ਕਰਾ ਲਓ ਤੁਸੀਂ, ਅਤੇ ਬੇਟੇ ਨਾਲ ਗੱਲ ਕੀਤੀ, ਬੇਟਾ ਕਹਿੰਦਾ ਪਾਪਾ ਕਰਾ ਲਓ, ਬਹੁਤ ਵਧੀਆ ਚੀਜ਼ ਹੈ, ਕਿਉਂਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਜਦੋਂ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ, ਮੈਂ ਉੱਠ ਕੇ ਬੈਠ ਜਾਂਦਾ ਸੀ, ਸਾਰੀ ਸਾਰੀ ਰਾਤ ਮੈਂ ਬੈਠਾ ਰਹਿੰਦਾ ਸੀ। ਉਸ ਤੋਂ ਬਾਅਦ ਮੈਨੂੰ ਬੈਠੇ ਬੈਠੇ ਨੀਂਦ ਆ ਜਾਂਦੀ ਸੀ, ਅਤੇ ਉਸ ਤੋਂ ਬਾਅਦ ਮੇਰੇ ਸਵੇਰੇ ਪੈਰ ਸੁੱਜ ਜਾਂਦੇ ਸੀ। ਜਦੋਂ ਮੈਂ ਸਵੇਰੇ ਪੈਰ ਸੁੱਜ ਜਾਂਦੇ ਸੀ, ਦਿਨੇ ਮੈਨੂੰ ਪ੍ਰੋਬਲਮ ਆਉਂਦੀ ਸੀ ਵੀ ਮੈਨੂੰ ਦਿਨੇ ਨੀਂਦ ਆ ਜਾਂਦੀ ਸੀ, ਬੈਠੇ ਜਿੱਥੇ ਵੀ ਮੈਂ ਕੋਈ ਕੰਮ 'ਤੇ ਜਾਂਦਾ, ਘਰ 'ਤੇ ਜਾਂਦਾ, ਅਤੇ ਈਵਨ ਮੈਨੂੰ ਗੱਡੀ ਚਲਾਉਣੀ ਤੱਕ ਵੀ ਆਪਣੀ ਮੁਸ਼ਕਲ ਹੋ ਗਈ ਸੀ। ਮੈਂ ਜਨਵਰੀ ਅਤੇ ਫਰਵਰੀ ਦੇ ਵਿੱਚ ਬਹੁਤ ਜ਼ਿਆਦਾ ਔਖਾ ਟਾਈਮ 2 ਮਹੀਨੇ ਕੱਟੇ, ਅਤੇ ਮੇਰੇ ਮਿਸਿਸ ਵੀ ਮੇਰੀ ਰੋਣ ਲੱਗ ਗਈ ਵੀ ਮੈਂ ਬਹੁਤ ਪ੍ਰੋਬਲਮ 'ਚ ਹਾਂ, ਅਤੇ ਤੁਸੀਂ ਇਹ ਇਲਾਜ ਕਰਾਓ ਆਪਦਾ। ਮੈਂ ਜਦੋਂ ਇਹ ਚੀਜ਼ ਕਰਕੇ ਸੋਚਿਆ, ਅਤੇ ਮੈਨੂੰ ਅਮਿਤ ਸੂਦ ਜੀ ਮਿਲੇ। ਜਦੋਂ ਅਮਿਤ ਸੂਦ ਜੀ ਮੈਨੂੰ ਮਿਲੇ, ਅਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ, ਅਤੇ ਮੈਂ ਉਹਨਾਂ ਤੋਂ ਸਮਝਿਆ। ਉਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਵੀ ਤੁਸੀਂ ਇਸ ਤਰ੍ਹਾਂ ਕਰਕੇ ਕਰਾਓ। ਅਤੇ ਉਸ ਤੋਂ ਬਾਅਦ ਮੈਂ ਆਪਦਾ ਮਨ ਬਣਾਇਆ, ਆਪਣੇ ਬੇਟੇ ਨਾਲ ਗੱਲ ਕੀਤੀ, ਅਤੇ ਨੈਕਸਟ ਟਾਈਮ ਜਦੋਂ ਮੈਂ ਮਿਲਿਆ, ਤਾਂ ਉਹਨਾਂ ਨਾਲ ਮੇਰਾ ਇਹ ਡਿਸਾਈਡਡ ਹੋਇਆ ਵੀ ਚਲੋ ਆਪਰੇਸ਼ਨ ਕਰਾ ਲਓ। ਤਾਂ ਮੈਂ ਫਿਰ ਇਹ ਡਿਸਾਈਡ ਕੀਤਾ ਵੀ ਆਪਣੇ ਨੇੜੇ ਜਿਹੜਾ ਹੈ ਅਮਿਤ ਸੂਦ ਜੀ ਜਿਹੜੇ ਆ ਬੰਬੇ ਤੋਂ ਆਏ ਹੋਏ ਹੈ, ਅਤੇ ਇਹਨਾਂ ਨੇ ਆ ਕੇ ਇੱਥੇ ਆਪਦਾ ਸੈਂਟਰ ਖੋਲਿਆ, ਬਹੁਤ ਵੱਡਾ ਕੋਸਮੈਟਿਕਸ ਕਰਲੇ ਸਰਸਰੀ, ਅਤੇ ਬਹੁਤ ਵਧੀਆ ਸੈਂਟਰ ਹੈ ਇਹਨਾਂ ਦਾ। ਅਤੇ ਇਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਲੇਟੈਸਟ ਟੈਕਨੋਲੋਜੀ ਨਾਲ ਜਿਹੜੇ ਆਪਰੇਸ਼ਨ ਕਰ ਰਹੇ ਹੈ। ਜਿਸ ਦਿਨ ਮੇਰਾ ਵੀ ਆਪਰੇਸ਼ਨ ਇਹਨਾਂ ਨੇ ਕੀਤਾ, ਮੈਨੂੰ ਇਹਨਾਂ ਦੀਆਂ ਮਸ਼ੀਨਾਂ ਦੇਖ ਕੇ ਵੀ ਐਂ ਲੱਗਿਆ ਵੀ ਮੈਨੂੰ ਲੱਗਦਾ ਵੀ ਸਾਰੇ ਪੰਜਾਬ 'ਚ ਵੀ ਇਹੋ ਜਿਹੀਆਂ ਮਸ਼ੀਨਾਂ ਨਹੀਂ ਇਹਨਾਂ ਕੋਲ ਹੈਗੀਆਂ। ਮੈਂ ਆਪਦਾ ਆਪਰੇਸ਼ਨ ਕਰਾ ਲਿਆ, ਅਤੇ ਇਹਨਾਂ ਤੋਂ ਮੇਰਾ ਅੱਜ ਜਿਹੜਾ ਹੈ 10 ਕਿਲੋ ਵੇਟ ਜਿਹੜਾ ਰਿਡਿਊਸ ਹੋਇਆ। ਜੇ ਮੈਂ 15 ਦਿਨਾਂ ਬਾਅਦ ਮੈਂ ਟਾਂਕੇ ਕਟਾਉਣ ਆਇਆ, ਅਤੇ ਮੈਨੂੰ 1 ਦਿਨ ਵੀ ਕੋਈ ਪ੍ਰੋਬਲਮ ਨਹੀਂ ਆਈ। ਅਤੇ ਇੱਥੇ ਜਿਹੜੇ ਵੀ ਇਹਨਾਂ ਦਾ ਸਟਾਫ ਹੈ, ਡਾਇਟੀਸ਼ਨ ਹੈ, ਮੈਨੂੰ ਸਵੇਰੇ ਸ਼ਾਮ ਪੂਰਾ ਪ੍ਰੋਪਰਲੀ ਉਹ ਕਰਦੇ ਆ ਵੀ ਅੰਕਲ ਤੁਸੀਂ ਆਹ ਲੈਣਾ, ਅੰਕਲ ਤੁਸੀਂ ਆਹ ਲੈਣਾ, ਤੁਹਾਨੂੰ ਆਹ ਦਿੱਕਤ ਆ ਕਰਨਾ। ਲੇਕਿਨ ਮੈਨੂੰ ਖਾਣ ਪੀਣ ਦਾ, ਹੋਰ ਦਾ ਇਹਨਾਂ ਨੇ ਮੇਰਾ ਬਹੁਤ ਧਿਆਨ ਰੱਖਿਆ। ਅਤੇ ਇਸ ਕਰਕੇ ਜਿਹੜੇ ਡਾਕਟਰ ਅਮਿਤ ਸੂਦ ਹੈ, ਮੇਰੇ ਹਿਸਾਬ ਨਾਲ ਵੀ ਬਠਿੰਡੇ ਵਾਲੇ ਉਹ ਵੀ ਇਦੋਂ ਵਧੀਆ ਆਪਣੇ ਏਰੀਏ 'ਚ ਡਾਕਟਰ ਆਪਾਂ ਨੂੰ ਜਿਹੜਾ ਮਿਲ ਨਹੀਂ ਸਕਦਾ। ਮਾਲਵੇ ਏਰੀਏ ਦਾ ਸਭ ਤੋਂ ਬੈਸਟ ਡਾਕਟਰ ਹੈ, ਅਤੇ ਇਸ ਕਰਕੇ ਮੇਰੀ ਰਾਏ ਤੁਹਾਨੂੰ ਇਹੀ ਹੈ ਵੀ ਜਿਹਨੂੰ ਮੋਟਾਪੇ ਦੀ ਪ੍ਰੋਬਲਮ ਹੈ, ਆਪਦੇ ਸਾਰੇ ਰੋਗ ਕੱਟ ਕੇ ਅਤੇ ਡਾਕਟਰ ਅਮਿਤ ਸੂਦ ਤੋਂ ਜਿਹੜਾ ਹੈ ਆਪਰੇਸ਼ਨ ਕਰਾਓ, ਅਤੇ ਆਪਦੀ ਜ਼ਿੰਦਗੀ ਨੂੰ ਮਤਲਬ 4 ਚੰਦ ਲਾ ਲਓ ਬਸ, ਅਤੇ ਆਪਦੇ ਬੱਚਿਆਂ ਦੀ ਲਾਈਫ ਵਧਾਓ ਨਾਲ, ਕਿਉਂਕਿ ਤੁਸੀਂ ਜੇ ਤੰਦਰੁਸਤ ਹੋਵੋਗੇ ਤਾਂ ਤੁਹਾਡੀ ਫੈਮਿਲੀ ਲਾਈਫ ਵੀ ਵਧੀਆ ਹੋਏਗੀ। ਮੇਰੇ ਬੱਚੇ ਅਤੇ ਮੇਰੀ ਮਿਸਿਸ ਬਹੁਤ ਖੁਸ਼ ਹੈ ਮੇਰੇ ਤੋਂ। ਮੈਂ ਅੱਜ 101% ਸੈਟਿਸਫਾਈਡ ਹਾਂ। ਮੈਨੂੰ ਕੋਈ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ, ਕੋਈ ਖਾਣ ਦੀ ਪੀਣ ਦੀ ਕੋਈ ਮੈਨੂੰ 1% ਵੀ ਦਿੱਕਤ ਨਹੀਂ ਹੈਗੀ। ਇਸ ਕਰਕੇ ਮੈਂ ਇਹੀ ਰਿਕਮੈਂਡ ਕਰਦਾ ਵੀ ਬਠਿੰਡੇ ਵਾਲੇ ਆਓ, ਚਲੀਏ ਮੋਗੇ ਅਤੇ ਕਰਾਈਏ ਅਮਿਤ ਸੂਦ ਜੀ ਦਾ ਆਪਰੇਸ਼ਨ, ਜਿਹਨੂੰ ਜੋ ਲੋੜ ਹੈ। ਅਤੇ ਇਸ ਕਰਕੇ 1 ਵਾਰੀ ਜ਼ਰੂਰ ਇਹਨਾਂ ਦੇ ਸੈਂਟਰ 'ਚ ਆ ਕੇ ਜਿਹੜਾ ਉਹ ਤੁਸੀਂ ਵਿਜ਼ਿਟ ਕਰੋ, ਅਤੇ ਇਹਨਾਂ ਦਾ ਆਪਣੇ ਸ਼ਹਿਰਾਂ ਦੇ ਵਿੱਚ ਆਏ ਬੰਦੇ ਦਾ ਆਪਾਂ ਫਾਇਦਾ ਉਠਾਈਏ। ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਡਾਕਟਰ ਅਮਿਤ ਸੂਦ ਜੀ ਜਿਹੜੇ ਹੈ, ਆਪਣਾ ਕੋਸਮੈਟਿਕ ਸੈਂਟਰ ਬਹੁਤ ਵੱਡਾ ਮੋਗੇ ਦੇ ਵਿੱਚ ਬਣਾ ਰਿਹਾ ਹੈ, ਜਿਹੜਾ ਏਸ਼ੀਆ ਲੈਵਲ ਦੇ ਵਿੱਚ ਮੇਰਾ ਖਿਆਲ ਸੈਂਟਰ ਇਹੋ ਜਿਹਾ ਨਹੀਂ ਹੋਣਾ। ਅਤੇ ਇਸ ਕਰਕੇ ਜਿੰਨਾ ਵੀ ਲੈਪਰੋਸਕੋਪੀ ਅਤੇ ਰੋਬੋਟਿਕ ਸਰਜਰੀ ਜਿਹੜੀ ਕਰਦੇ ਆ, ਇਹ ਬਿਲਕੁਲ ਲੇਟੈਸਟ ਟੈਕਨੀਕ ਨਾਲ ਕਰ ਰਹੇ ਹੈ, ਅਤੇ ਬਹੁਤ ਆਪਣੇ ਨੇੜੇ ਸੈਂਟਰ ਆ ਗਿਆ। ਅਤੇ ਇਸ ਕਰਕੇ ਇਹਨਾਂ ਨੂੰ 1 ਵਾਰੀ ਵਿਜ਼ਿਟ ਕਰਕੇ ਤੁਸੀਂ ਇਹਨਾਂ ਦੇ ਸੈਂਟਰ 'ਤੇ ਦੇਖੋ, ਅਤੇ ਜਿੰਨਾ ਵੀ ਕੋਸ਼ਿਸ਼ ਕਰੋ ਵੀ ਜਿੰਨੀ ਜਲਦੀ ਤੋਂ ਜਲਦੀ ਆਪਣਾ ਟ੍ਰੀਟਮੈਂਟ ਤੁਸੀਂ ਇੱਥੇ ਕਰਾ ਸਕੋ, ਅਤੇ ਡਾਕਟਰ ਸਾਹਿਬ ਦੇ ਵਿਜ਼ਿਟ ਕਰਕੇ ਕਰਾਓ।